ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਕਰਨ ਲੱਗਦੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂ, ਅੱਜ ਦਾ ਬਲੌਗ। ਹੋਰ ਭੈਣ ਕਿਵੇਂ ਹੋ ਤੁਸੀਂ, ਕੀ ਹਾਲ ਚਾਲ ਹੈ ਜੀ ਤੁਹਾਡਾ? ਅਸੀਂ ਤਾਂ ਸਾਰੇ ਠੀਕ ਹਾਂ, ਤੁਸੀਂ ਆਪਣਾ ਹਾਲ ਚਾਲ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਸਵੇਰ ਸਵੇਰ ਦਾ ਟਾਈਮ ਹੈ ਜੀ, ਅਚਾਨਕ ਇਹ ਮੌਸਮ ਖਰਾਬ ਹੋ ਗਿਆ, ਹਨੇਰੀ ਆ ਗਈ ਅਤੇ ਨਾਲੇ ਥੋੜ੍ਹਾ ਥੋੜ੍ਹਾ ਮੀਂਹ ਪੈਣ ਲੱਗ ਗਿਆ। ਆਹ ਦੇਖੋ ਕਿੰਨੀ ਹਵਾ ਚੱਲ ਰਹੀ ਹੈ। ਥੋੜ੍ਹੇ ਥੋੜ੍ਹੇ ਕਣੀਆਂ ਪੈ ਰਹੀਆਂ ਨੇ ਜੀ ਥੱਲੇ। ਸਟਾਰਟਿੰਗ ਜੀ ਹੋਈ ਹੈ, ਪਤਾ ਨਹੀਂ ਪਊਗਾ ਮੀਂਹ ਜਾਂ ਨਾ, ਬਹੁਤ ਜ਼ਿਆਦਾ ਬੱਦਲ ਹੋਇਆ ਹੋਇਆ। ਚਲੋ ਇਹ ਮੌਸਮ ਜਿਹਾ ਖਰਾਬ ਹੋ ਗਿਆ ਜੀ, ਮੌਸਮ ਤਾਂ ਠੰਡਾ ਹੋ ਜਾਂਦਾ, ਨਹੀਂ ਤਾਂ ਬਹੁਤ ਇਸ ਟਾਈਮ ਨੂੰ ਗਰਮੀ ਪੈਣ ਲੱਗ ਜਾਣੀ ਸੀ। ਸਵੇਰ ਸਵੇਰ ਦਾ ਟਾਈਮ ਹੈ, ਹਜੇ ਬਾਬਾ ਜੀ ਪਾਠ ਕਰ ਰਹੇ ਨੇ। ਹਨੇਰੀ ਆਈ ਜੀ, ਮਿੱਟੀ ਘੱਟਾ ਗੰਦ ਮੰਦ, ਤਾਂ ਕਰਕੇ ਸਾਰੀਆਂ ਸਫਾਈਆਂ ਕਰ ਰਹੇ ਹਾਂ, ਸਾਰਾ ਕੁਛ ਚੱਕ ਕੇ। ਅਤੇ ਲਾਈਟ ਵੀ ਭੱਜ ਗਈ ਜੀ ਸ਼ਹਿਰ 'ਚ ਵੀ, ਆਪਣੇ ਪਿੰਡਾਂ ਵਾਂਗੂ ਭਾਂਡੇ ਭੂੰਡੇ ਦੁਬਾਰ ਤੋਂ ਧੋਤੇ। ਆਟਾ ਖਰਾਬ ਹੋ ਗਿਆ ਜੀ, ਇਹ ਵੀ ਕੱਢਿਆ ਫਰਿੱਜ 'ਚੋਂ, ਹੋਰ ਵੀ ਕਈ ਚੀਜ਼ਾਂ ਖਰਾਬ ਹੋ ਗਈਆਂ। ਇੰਨੀ ਹਨੇਰੀ ਆਈ ਆ ਜਾਲੀ ਵਿੱਚ ਦੀ, ਬਹੁਤ ਜ਼ਿਆਦਾ ਰਸੋਈ ਦੀ ਵੀ ਸਫਾਈ ਕਰੀ, ਤਾਂ ਹੁਣ ਆਪਾਂ ਖਾਣਾ ਦਾਣਾ ਬਣਾਵਾਂਗੇ। ਅਤੇ ਇੱਧਰ ਚੱਕਤਾ ਜੀ ਸਾਰਾ ਸਫਾਈ ਕਰਨ ਵਾਸਤੇ, ਮੇਜ ਮੂਜ। ਅੱਜ ਤਾਂ ਇੰਨਾ ਰੇਤਾ ਮਿੱਟੀ ਘੱਟਾ ਮੰਜਾ ਵੀ ਚੱਕ ਕੇ ਮਾਰਿਆ, ਬਹੁਤ ਜ਼ਿਆਦਾ ਜੀ ਤੂਫਾਨ ਸੀਗਾ। ਦੇਖੋ ਕਿੰਨੀ ਕਿੰਨੀ ਮਿੱਟੀ ਆ ਗਈ, ਐਂ ਇਕੱਲੀ ਇਕੱਲੀ ਜਮਾਂ ਹੀ ਸਾਫ ਕਰਨੀ ਪਊਗੀ। ਮਾੜੀ ਜਿਹੀ ਜਗ੍ਹਾ 'ਚ ਇੰਨਾ ਇੰਨਾ ਰੇਤਾ ਇਕੱਠਾ ਹੋ ਰਿਹਾ, ਇੰਨਾ ਰੇਤਾ ਹੋ ਰਿਹਾ ਜੀ ਇਕੱਠਾ। ਪਤਾ ਨਹੀਂ ਪੂਰੀ ਕਾਲਸੇ ਆ ਗਈ, ਦੇਖ ਲਓ ਇੰਨਾ ਇੰਨਾ ਰੇਤਾ ਇਕੱਠਾ ਹੋ ਕੇ, ਫਿਰ ਇਹ ਧੋਤਾ ਜਾਊਗਾ ਵਿਹੜਾ ਤਾਂ ਸਾਫ ਹੋਊਗਾ, ਉੱਪਰ ਜ਼ਿਆਦਾ ਮਿੱਟੀ ਆਉਂਦੀ ਹੈ। ਹਾਂਜੀ ਅੱਜ ਮੀਂਹ ਹਨੇਰੀ, ਮੀਂਹ ਤਾਂ ਥੋੜ੍ਹਾ ਹੀ ਸੀਗਾ, ਹਨੇਰੀ ਤੂਫਾਨ ਇੰਨਾ ਚੱਲਿਆ, ਇੰਨਾ ਜ਼ਿਆਦਾ ਕੰਧਾਂ 'ਤੇ ਵੀ ਬਹੁਤ ਜ਼ਿਆਦਾ ਗੰਦੀਆਂ ਕਰਤੀਆਂ ਜੀ। ਅਤੇ ਹੁਣ ਆਪਾਂ ਸਾਫ਼ ਸਫਾਈ ਦਾ ਕੰਮ ਹੈ ਜਿਹੜਾ ਸਾਰਾ ਨਿਬੇੜ ਲਿਆ, ਅਤੇ ਹੁਣ ਆਪਾਂ ਜੀ ਅੱਜ ਬਣਾਵਾਂਗੇ ਭਰਮੇ ਕਰੇਲੇ। ਜਿਹੜੇ ਕਰੇਲੇ ਨੇ ਭੈਣੇ, ਪਹਿਲਾਂ ਪਹਿਲੇ ਜ਼ਮਾਨਿਆਂ ਦੇ ਵਿੱਚ ਨਾ ਜੀ ਇਹ ਬਹੁਤ ਔਖੇ ਢੰਗ ਨਾਲ ਬਣਾਉਂਦੇ ਸੀਗੇ, ਹੈ ਨਾ, ਧਾਗੇ ਬੰਨ੍ਹ ਕੇ ਮਸਾਲਾ ਭੁੰਨ ਲੈਣਾ ਅਤੇ ਕਰੇਲਿਆਂ ਦੇ ਵਿੱਚ ਭਰ ਕੇ ਧਾਗੇ ਬੰਨ੍ਹ ਕੇ ਬਣਾਉਣਾ, ਨਾਲੇ ਤਾਂ ਜੀ ਵਿੱਚੋਂ ਕਰੇਲੇ ਕੱਚੇ ਰਹਿ ਜਾਂਦੇ ਸੀਗੇ, ਹੈ ਨਾ, ਭੁੱਜਦੇ ਨਹੀਂ ਸੀ। ਅਤੇ ਹੁਣ ਜੀ ਆਪਾਂ ਬਿਨਾਂ ਧਾਗਾ ਬੰਨ੍ਹੇ ਹੀ ਕਰੇਲੇ ਬਿਲਕੁਲ ਭੁੰਨ ਕੇ, ਮਸਾਲਾ ਭੁੰਨ ਕੇ ਬਣਾ ਕੇ ਤੁਹਾਨੂੰ ਦਿਖਾਵਾਂਗੇ, ਬਹੁਤ ਸੌਖੇ ਢੰਗ ਨਾਲ, ਨਾਲੇ ਢੰਗ ਸੌਖਾ ਜੀ, ਅਤੇ ਨਾਲੇ ਕੱਚੇ ਨਹੀਂ ਰਹਿੰਦੇ ਹੈਗੇ। ਇਸ ਢੰਗ ਨਾਲ ਬਣਾਉਣ ਨਾਲ ਆਪਾਂ ਨੂੰ ਬਿਲਕੁਲ ਵੀ ਔਖੇ ਨਹੀਂ ਲੱਗਦੇ ਕਰੇਲੇ ਬਣਾਉਣੇ। ਅਤੇ ਨਾਲ ਬਣਾਵਾਂਗੇ ਜੀ ਘੋਟਮੇ ਛੋਲਿਆਂ ਦੀ ਦਾਲ। ਪਹਿਲਾਂ ਭੈਣਾਂ ਕਰੇਲਿਆਂ ਦੇ ਧਾਗੇ ਤਾਂ ਬੰਨ੍ਹਦੇ ਸੀ ਵੀ ਜਿਹੜਾ ਮਸਾਲਾ ਬਾਹਰ ਨਾ ਨਿਕਲਿਆ ਆਵੇ, ਹੁਣ ਮਸਾਲਾ ਅਤੇ ਕਰੇਲੇ ਅਲੱਗ ਅਲੱਗ ਭੁੰਨ ਕੇ ਕਰੇਲਿਆਂ ਦੇ ਵਿੱਚ ਮਸਾਲਾ ਭਰ ਦੇਣਾ ਜੀ, ਬਣਾ ਰਹੇ ਹਾਂ ਜੀ ਭਰਮੇ ਕਰੇਲੇ। ਹੁਣ ਬਣਾਵਾਂਗੇ ਜੀ ਭਰਮੇ ਕਰੇਲੇ, ਇਹਨਾਂ ਨੂੰ ਥੋੜ੍ਹਾ ਥੋੜ੍ਹਾ ਘੜੋੜ ਲਾਂਗੇ, ਛਿੱਲ ਲਾਂਗੇ, ਛਿੱਲ ਕੇ ਫਿਰ ਧੋ ਲਾਂਗੇ, ਧੋ ਕੇ ਫਿਰ ਇਹਦੇ ਬੀਜ ਕੱਢ ਦਾਂਗੇ। ਇੱਧਰ ਜੀ ਆਪਾਂ ਨੇ ਕਰੇਲੇ ਨਾ ਮਤਲਬ ਆਹ ਛਿੱਲ ਲਏ, ਛਿੱਲ ਕੇ ਕਰੇਲੇ ਜੀ ਆਪਾਂ ਨੇ ਇਹ ਧੋ ਲਏ, ਧੋ ਕੇ ਇਹਨਾਂ ਦੇ ਆਹ ਬੀਜ ਕੱਢ ਦੇਣੇ ਨੇ ਜੀ, ਇੱਕਦਾ ਜਿਵੇਂ ਬੀਜ ਕੱਢਤਾ ਐਵੇਂ ਬਣਾ ਲੈਣਾ, ਐਵੇਂ ਕਰ ਦੇਣੇ ਨੇ ਜੀ ਇਹੋ ਜਿਹੇ ਕੱਢ ਕੇ ਬੀਜ, ਇਹਦਾ ਵੀ ਕੱਢਤਾ। ਐਵੇਂ ਆਪਾਂ ਇਹਦਾ ਬੀਜ ਕੱਢ ਦਾਂਗੇ ਜੀ, ਇਹਨੇ ਐਂ ਚੀਰਾ ਦੇ ਦੇਣਾ। ਜੇ ਤਾਂ ਬੀਜ ਪੱਕਾ ਜੀ ਫਿਰ ਤਾਂ ਇਹ ਕੱਢ ਦੇਣਾ, ਜੇ ਕੱਚਾ ਫਿਰ ਰੱਖ ਲੈਣਾ, ਪੱਕਾ ਬੀਜ ਹੈ ਤਾਂ ਕਰਕੇ ਆਪਾਂ ਨੇ ਇਹਨੂੰ ਕੱਢ ਦੇਣਾ।
ਜਿਹੜੇ ਕੱਚੇ ਬੀਜ ਹੁੰਦੇ ਨੇ ਉਹ ਤਾਂ ਜਦੋਂ ਆਪਾਂ ਮਸਾਲਾ ਤਿਆਰ ਕਰਦੇ ਹਾਂ ਪਿਆਜ਼ ਭੁੰਨ ਕੇ ਉਹਦੇ ਵਿੱਚੇ ਪੈ ਜਾਂਦੇ ਹੁੰਦੇ ਨੇ ਜੀ, ਇਹ ਪੱਕੇ ਜੀ ਨਿਕਲੇ, ਵੱਡੇ ਵੱਡੇ ਲਿਆਂਦੇ ਤਾਂ ਪੱਕੇ ਨਿਕਲੇ, ਛੋਟੇ ਛੋਟੇ ਤਾਂ ਕੱਚੇ ਹੁੰਦੇ ਨੇ, ਕਈ ਵਾਰ ਤਾਂ ਵੱਡੇ ਵੀ ਕੱਚੇ ਨਿਕਲੇ ਆਉਂਦੇ ਨੇ। ਉਹ ਜੀ ਆਪਣੇ ਕਰੇਲੇ ਤਾਂ ਗਏ ਛਿੱਲੇ, ਹੁਣ ਆਪਾਂ ਕਰਦੇ ਹਾਂ ਜੀ ਮਸਾਲਾ ਤਿਆਰ। ਫਿਰ ਬਣਾਉਂਦੇ ਹਾਂ ਭਰਮੇ ਕਰੇਲੇ। ਸਭ ਤੋਂ ਪਹਿਲਾਂ ਤਾਂ ਜੀ ਕੜਾਹੀ 'ਚ ਤੇਲ ਪਾਵਾਂਗੇ। ਤੇਲ ਗਰਮ ਹੋਇਆ ਤਾਂ ਆਪਾਂ ਉਹ ਕਰੇਲੇ ਭੁੰਨਾਂਗੇ। ਇੱਧਰ ਮੈਂ ਮਸਾਲਾ ਤਿਆਰ ਕਰਦੀ ਹਾਂ। ਇੱਧਰ ਆਪਣੇ ਕੋਲ 4 ਕਰੇਲੇ ਨੇ ਜੀ, ਇਹਦੇ ਲਈ ਆਪਾਂ ਨੇ 8 ਪਿਆਜ਼ ਲੈ ਲਏ। ਅਤੇ ਆਪਣਾ ਤੇਲ ਹੋ ਗਿਆ ਜੀ ਗਰਮ, ਅਤੇ ਆਪਾਂ ਆਹ ਲਾ ਲੈਂਦੇ ਹਾਂ ਚਿਮਨੀ ਜੀ। ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਜੀ ਕਰੇਲੇ। ਫਿਰ ਆਪਾਂ ਇਹਨਾਂ ਦਾ ਪਾਸਾ ਪਲਟ ਦਾਂਗੇ ਜੀ, ਅਤੇ ਇਹਨਾਂ ਨੂੰ ਪੂਰਾ ਬਰਾਊਨ ਕਰ ਲੈਣਾ। ਇੱਧਰ ਆਪਾਂ ਮਿਕਸੀ ਦੇ ਵਿੱਚ ਆਹ ਪਿਆਜ਼ ਉਹ ਕਰ ਲੈਂਦੇ ਹਾਂ। ਇੱਧਰ ਕਰੇਲੇ ਬਰਾਊਨ ਹੋਣ ਲੱਗ ਗਏ ਜੀ, ਆਪਾਂ ਇਹਦਾ ਇਹਨਾਂ ਦਾ ਪਾਸਾ ਪਲਟਤਾ। ਅਤੇ ਇੱਧਰ ਆਪਾਂ ਨੇ ਕਰ ਲਿਆ ਜੀ ਮਸਾਲਾ ਤਿਆਰ। ਇਹਨਾਂ ਨੂੰ ਬਿਲਕੁਲ ਬਰਾਊਨ ਕਰ ਲੈਣਾ ਜੀ ਆਪਾਂ ਨੇ। ਕਰੇਲੇ ਆਪਾਂ ਨੇ ਕੱਢ ਲਏ ਜੀ, ਅਤੇ ਆਹ ਆਪਾਂ ਨੇ ਤੇਲ ਕੱਢ ਲਿਆ, ਥੋੜ੍ਹਾ ਜਿਹਾ ਤੇਲ ਵਿੱਚ ਰੱਖ ਲਿਆ, ਹੁਣ ਉਹ ਮਸਾਲਾ ਵਿੱਚ ਪਾ ਦਾਂਗੇ। ਹੁਣ ਆਪਾਂ ਮਸਾਲਾ ਭੁੰਨ ਲੈਣਾ ਜੀ, ਭੁੰਨ ਕੇ ਬਿਲਕੁਲ ਫਿਰ ਇਹਦੇ ਵਿੱਚ ਮਿਰਚ ਮਸਾਲੇ ਪਾਉਣੇ ਨੇ, ਇਹਨੂੰ ਪਹਿਲਾਂ ਬਿਲਕੁਲ ਬਰਾਊਨ ਕਰ ਲਾਂਗੇ ਜੀ ਆਪਾਂ। ਆਪਣੇ ਮਸਾਲਾ ਜਿਹੜਾ ਹੈ ਬਰਾਊਨ ਹੋਣਾ ਸ਼ੁਰੂ ਹੋ ਗਿਆ ਜੀ, ਆਪਾਂ ਇਹ ਤਾਂ ਹੁਣ ਕੜਛੀ ਫੇਰੀ ਹੋ ਜਾਣੀ ਹੈ। ਜਦ ਬਿਲਕੁਲ ਬਰਾਊਨ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਆਹ ਮਿਰਚ ਮਸਾਲੇ ਪਾ ਦਾਂਗੇ ਜੀ। ਇਹ ਮਸਾਲਾ ਤਿਆਰ ਕਰਿਆ ਹੋਇਆ, ਅਤੇ ਆਹ ਆਪਣੇ ਕਰੇਲੇ ਨੇ ਜੀ, ਫਿਰ ਆਪਾਂ ਇਹਨਾਂ ਨੂੰ ਭਰ ਲਾਂਗੇ। ਦੇਖੋ ਮਸਾਲਾ ਭੁੱਜਣਾ ਸ਼ੁਰੂ ਹੋ ਗਿਆ, ਫਿਰ ਮਿਰਚ ਮਸਾਲੇ ਪਾ ਦਾਂਗੇ, ਅਤੇ ਫਿਰ ਇਹ ਭਰ ਲਾਂਗੇ ਕਰੇਲੇ 'ਚ। ਹੁਣ ਕੜਛੀ ਫੇਰੀ ਜਾਣੀ, ਆਪਾਂ ਨੇ ਥੱਲੇ ਨਹੀਂ ਲੱਗਣ ਦੇਣਾ ਬਿਲਕੁਲ ਵੀ, ਮਿੱਠੀ ਮਿੱਠੀ ਆਂਚ 'ਤੇ ਬਣਾਉਣਾ ਹੁਣ ਜਦ ਇਹ ਬਣਨ ਲੱਗ ਗਿਆ। ਲਓ ਜੀ ਮਸਾਲਾ ਤਿਆਰ ਹੈ, ਆਪਾਂ ਹੁਣ ਆਹ ਕਰੇਲਿਆਂ ਦੇ ਵਿੱਚ ਭਰ ਦਾਂਗੇ ਜੀ। ਇਹ ਬਿਲਕੁਲ ਭੁੱਜ ਚੁੱਕਿਆ, ਲਾਈਟ 'ਚ ਇਹ ਬੜਾ ਯੈਲੋ ਯੈਲੋ ਜਿਹਾ ਲੱਗ ਰਿਹਾ, ਵੈਸੇ ਬਰਾਊਨ ਹੋ ਗਿਆ। ਜਦੋਂ ਮਸਾਲਾ ਜੀ ਕੜਾਹੀ ਛੱਡਦੇ ਸਮਝੋ ਆਪਣਾ ਮਸਾਲਾ ਬਣ ਕੇ ਤਿਆਰ ਹੈ। ਆਹ ਦੇਖੋ ਇਹਨੇ ਬਿਲਕੁਲ ਕੜਾਹੀ ਜਿਹੜੀ ਛੱਡਤੀ ਆਪਣੀ, ਇੱਕ ਕੜਛੀ 'ਤੇ ਵੀ ਖੜਾ ਹੋ ਸਕਦਾ ਜੀ, ਕੜਛੀ 'ਤੇ ਆਪਾਂ ਇਹਨੂੰ ਮਸਾਲੇ ਨੂੰ ਚੱਕ ਸਕਦੇ ਹਾਂ। ਲਓ ਜੀ ਹੁਣ ਆਪਾਂ ਇਹਨਾਂ ਨੂੰ ਭਰ ਦਾਂਗੇ ਕਰੇਲਿਆਂ ਨੂੰ। ਲਓ ਭੈਣੇ ਆਪਣੇ ਕਰੇਲੇ ਭਰਮੇ ਤਿਆਰ ਨੇ ਜੀ, ਇੰਨਾ ਕੁ ਮਸਾਲਾ ਬਚ ਗਿਆ ਅਤੇ ਆਪਾਂ ਨੇ ਭਰ ਲਏ ਜੀ। ਐਨ ਭੁੱਜ ਗਿਆ ਸੀ ਆਪਣਾ ਮਸਾਲਾ,
ਤੇ ਬਹੁਤ ਟੇਸਟੀ ਲੱਗਦੇ ਨੇ ਜੀ ਇਹ ਭਰਮੇ ਕਰੇਲੇ। ਹਾਂਜੀ ਆ ਬਣ ਰਹੀ ਹੈ ਘੀਆ ਦੀ ਸਬਜ਼ੀ, ਤੜਕਾ ਲਾਤਾ ਹੈ ਵਿੱਚ, ਛੋਲੇ ਪਾ ਦਾਂਗੇ ਜੀ, ਛੋਲੇ ਦਾਲ ਪਾ ਕੇ। ਜੇ ਮਤਲਬ ਆਪਾਂ ਨੂੰ ਨਾ ਪਸੰਦ ਆਵੇ ਫਿਰ ਆਪਾਂ ਇਹਨੂੰ ਘੋਟ ਸਕਦੇ ਹਾਂ ਜੀ, ਘੋਟਵੀਂ ਵੀ ਬਣਾ ਸਕਦੇ ਹਾਂ ਘੀਆ ਦੀ ਸਬਜ਼ੀ ਹੈ ਜਿਹੜੀ, ਛੋਲੇ ਪਾ ਕੇ। ਇੱਧਰ ਆਪਣੀ ਦਾਲ ਬਣ ਗਈ ਜੀ, ਜਿਹੜੇ ਘੀਆ ਦੇ ਵਿੱਚ ਛੋਲੇ ਪਾਏ ਸੀਗੇ, ਛੋਲਿਆਂ ਦੀ ਘੀਆ ਵਾਲੀ ਦਾਲ, ਹੁਣ ਮੈਂ ਇਹਨੂੰ ਘੋਟ ਲੂੰਗੀ ਜੀ, ਘੋਟਵੇਂ ਛੋਲਿਆਂ ਦੀ ਦਾਲ ਨਾਲ ਅੱਜ ਆਪਾਂ ਕਰੇਲੇ ਖਾਵਾਂਗੇ। ਦਾਲ ਅਤੇ ਕਰੇਲੇ ਇਹਨਾਂ ਨੂੰ ਘੋਟ ਲੈਣਾ ਜੀ,